ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਸਰ ਮਾਮਲਾ ਇਹ ਕਿ ਮੈਂ ਪਹਿਲਾਂ ਜ਼ਰੂਰ ਡਰੱਗਸ ਲੈਂਦੀ ਸੀ ਪਰ ਹੁਣ ਮੈਂ ਛੱਡ ਚੁੱਕੀ ਹਾਂ ਔਰ ਮੇਰੀ ਸਿਸਟਰ ਦਾ ਮੇਰਾ 2 ਸਾਲ ਪਹਿਲਾਂ ਮੁਹੱਲੇ 'ਚ ਝਗੜਾ ਚੱਲਦਾ ਸੀ ਔਰ ਆਪਣੀ ਕੁੰਦਲ ਕੱਢਣ ਲਈ ਮੈਨੂੰ ਕਹਿੰਦੀ ਸੀ ਕਿ ਉਹਨਾਂ ਦੇ ਖਿਲਾਫ਼ ਗਵਾਹੀ ਦੇ, ਮੈਂ ਦੇਣ ਤੋਂ ਮਨਾ ਕਰਤਾ ਜਿਸ ਦੇ ਕਾਰਨ ਇਹਨੇ ਮੇਰੇ ਨਾਲ ਮਾਰਕੁੱਟ ਵੀ ਕੀਤੀ। 1 ਹਫ਼ਤਾ ਪਹਿਲਾਂ ਮੈਂ ਇੱਥੇ ਦਰਖਾਸਤ ਵੀ ਲਿਖਵਾ ਕੇ ਗਈ ਹਾਂ, ਮੈਡਮਾਂ ਨੂੰ ਪਤਾ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿੱਤਾ ਸੀ ਉਸ ਟਾਈਮ ਔਰ ਇਸ ਕੁੜੀ ਨੇ ਮੇਰੀ, ਮੈਂ ਇਹਦੀ ਵੀਡੀਓ ਵੀ ਬਣਾਈ ਸੀ ਜੋ ਕਿ ਇਹਨਾਂ ਨੂੰ ਦਿਖਾਈ ਵੀ ਸੀ ਜਦੋਂ ਉਹ ਮਾਰਦੀ ਪਈ ਸੀ ਔਰ ਮੇਰੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ। ਸਰ ਮੈਂ ਇਸ ਲਈ ਆਪਣਾ ਘਰ ਛੱਡਤਾ ਕਿਉਂਕਿ ਹੁਣ ਮੈਂ ਨਸ਼ਾ ਛੱਡ ਚੁੱਕੀ ਹਾਂ, ਡਿਡਿਕਸ਼ਨ ਸੈਂਟਰ ਮੇਰਾ ਇਲਾਜ ਵੀ ਚੱਲ ਰਿਹਾ, ਡਾਕਟਰ ਗਰਗ ਜੀ ਆ ਜਿਹੜਾ ਮੇਰਾ ਇਲਾਜ ਕਰਦੇ ਆ ਉਹ ਮੈਨੂੰ ਫ੍ਰੀ ਦਵਾਈ ਦੇ ਰਹੇ ਆ, ਮੇਰੀ ਬਹੁਤ ਹੈਲਪ ਕਰ ਰਹੇ ਆ ਔਰ ਉਹਨਾਂ ਨੂੰ ਪਤਾ ਹੈ ਕਿ ਮੇਰੇ ਟੈਸਟ ਵੀ ਹੋਏ ਆ, ਮੈਂ ਉਹਨਾਂ ਨੂੰ ਆਪਣੇ ਟੈਸਟ ਵੀ ਦਿਖਾ ਕੇ ਗਈ ਸੀ ਕਿ ਬਿਲਕੁਲ ਸਹੀ ਆਏ ਸੀ ਜਿਹਦੇ ਵਿੱਚ ਕੋਈ ਨਸ਼ਾ ਨਹੀਂ ਆਇਆ ਸੀ, ਕਿ ਮੇਰੀ ਭੈਣ ਨੇ ਕਿਹਾ ਸੀ ਕਿ ਇਹ ਨਸ਼ਾ ਵੀ ਕਰ ਰਹੀ ਹੈ ਔਰ ਕੋਈ ਗਲਤ ਕੰਮ ਵੀ ਕਰਦੀ ਹੈ, ਇੱਕ ਮੁੰਡਾ ਹੈ ਅਬੇ ਨਾਮ ਦਾ ਉਸਨੂੰ ਗਲਤ ਫਸਾ ਰਹੀ ਹੈ ਜਦਕਿ ਉਹਦੀ 16 ਸਾਲ ਉਮਰ ਹੋਏਗੀ ਔਰ ਉਹਦੇ ਨਾਲ ਮੇਰੇ ਗਲਤ ਨਾਜਾਇਜ਼ ਸੰਬੰਧ ਦੱਸ ਰਹੀ ਹੈ। ਇਹ ਸਭ ਝੂਠ ਹੈ ਕਿ ਮੈਨੂੰ ਕੋਈ ਭਜਾ ਕੇ ਲੈ ਕੇ ਗਿਆ ਸੀ, ਮੈਂ ਆਪਣੀ ਮਰਜ਼ੀ ਨਾਲ ਵੱਖਰੀ ਰਹਿ ਸਕਦੀ ਹਾਂ, ਕਿਤੇ ਵੀ ਰਹਿ ਸਕਦੀ ਹਾਂ ਮੈਂ ਆਪਣੀ ਮਰਜ਼ੀ ਦੇ ਨਾਲ, ਭਾਵੇਂ ਆਪ ਵੱਖਰੀ ਰਹਾਂ, ਇਕੱਲੀ ਰਹਾਂ, ਭਾਵੇਂ ਕਿਸੇ ਮੁੰਡੇ ਨਾਲ ਵਿਆਹ ਕਰਾ ਕੇ ਰਹਾਂ, ਮੇਰੀ ਉਮਰ ਹੈ, ਮੈਂ ਰਹਿ ਸਕਦੀ ਹਾਂ। ਤੁਸੀਂ ਦੱਸੋ ਮੈਂ ਗਲਤ ਹਾਂ? ਜੇ ਮੈਂ ਗਲਤ ਹਾਂ, ਜੇ ਮੇਰੀ 1% ਵੀ ਮੇਰੇ ਵਿੱਚ ਨਸ਼ਾ ਆ ਜਾਵੇ ਮੇਰੇ ਟੈਸਟ ਵਿੱਚ ਤਾਂ ਤੁਸੀਂ ਮੈਨੂੰ ਜੋ ਸਜ਼ਾ ਦਿਓ ਮੈਨੂੰ ਮਨਜ਼ੂਰ ਹੋਏਗੀ, ਪਰ ਇਹ ਝੂਠੇ ਇਲਜ਼ਾਮ ਲਾ ਰਹੀ ਹੈ ਮੇਰੀ ਸਿਸਟਰ ਸਿਰਫ ਆਪਣੀ ਖੁੰਦਕ ਕੱਢਣ ਵਾਸਤੇ, ਕਿਉਂਕਿ ਉਹ ਸਾਡੇ ਨਾਲ ਬੋਲਚਾਲ ਵਧੀਆ ਰੱਖਦੇ ਆ, ਇਹਦੇ ਦਿਮਾਗੀ ਹਾਲਤ ਠੀਕ ਨਹੀਂ ਹੈਗੀ, ਇੰਨੇ ਗੰਦੇ ਤਰੀਕੇ ਨਾਲ ਬੋਲਦੀ ਆ ਜੋ ਕਿ ਤੁਹਾਨੂੰ ਆਪਣੇ ਆਪ ਪਤਾ ਲੱਗ ਹੀ ਜਾਊਗਾ, ਅਤੇ ਇਹਦੀ ਲੈਂਗੁਏਜ ਵੀ ਠੀਕ ਨਹੀਂ ਹੈਗੀ, ਇਹਨੇ ਮੈਨੂੰ ਕੁੱਟਿਆ ਸੀ ਇਸ ਦੇ ਕਾਰਨ। ਮੈਂ ਆਪਣੇ ਘਰ ਨੂੰ ਕਿਹਾ ਵੀ ਕਿ ਮੰਮੀ ਤੁਸੀਂ ਮੇਰੀ ਮਦਦ ਕਰੋ, ਮੈਂ ਰਿਪੋਰਟ ਲਿਖਵਾਈ ਆ, ਤੁਸੀਂ ਜਦ ਤੱਕ ਗਵਾਹੀ ਨਹੀਂ ਦਿਓਗੇ ਤਦ ਤੱਕ ਪੁਲਿਸ ਨੇ ਕੁਛ ਨਹੀਂ ਕਰਨਾ। ਉਹ ਕਹਿੰਦੇ ਸੀ ਕਿ ਤੁਹਾਡੀ ਮੰਮੀ ਹਮੇਸ਼ਾ ਬਦਲ ਜਾਂਦੇ ਆ ਜਦੋਂ ਵੀ ਰਿਪੋਰਟ ਲਗਾਉਂਦੇ ਆ, ਕਿਉਂਕਿ ਉਹਨਾਂ ਦੀ ਦੂਜੇ ਦਿਨ ਹੀ ਮੁਹੱਲੇ ਨਾਲ ਲੜਾਈ ਹੁੰਦੀ ਰਹਿੰਦੀ ਆ, ਇਹ ਕਿ ਮੁਹੱਲੇ ਵਾਲਿਆਂ ਨੂੰ ਵੀ ਪਤਾ ਹੈ, ਪਰ ਇਸ ਟਾਈਮ ਮੁਹੱਲੇ ਵਾਲਿਆਂ 'ਚ ਹੀ ਕੁਛ ਦਿਨ ਪਹਿਲਾਂ ਕੁਛ ਲੜਾਈ ਹੋਈ ਸੀ ਜਿਹਦੇ ਵਿੱਚ ਇਹਨੇ ਉਹਨਾਂ ਦਾ ਸਾਥ ਦਿੱਤਾ ਅਤੇ ਉਹ ਮੁਹੱਲੇ ਵਾਲੇ ਵੀ ਅੱਧੇ ਜਾਣੇ ਇਹਦੇ ਨਾਲ ਹੋ ਗਏ ਔਰ ਨਹੀਂ ਸਰ ਜੇ ਦਿੰਦਾ ਵੀ ਸੀਗਾ ਤਾਂ ਪਹਿਲਾਂ ਦਿੰਦਾ ਹੋਏਗਾ, ਹੁਣ ਤਾਂ ਨਹੀਂ ਦਿੰਦਾ ਹੋਏਗਾ ਨਾ, ਉਹ ਬੱਚਾ ਹੈ ਨਾਲੇ, ਕੋਈ ਬੱਚਾ ਥੋੜ੍ਹੀ ਨਾ ਮੈਨੂੰ ਦੇਣ ਆਏਗਾ ਡਰੱਗਸ, ਇੰਨਾ ਵੱਡਾ ਕੰਮ ਕੋਈ ਬੱਚਾ ਤਾਂ ਨਹੀਂ ਕਰ ਲਏਗਾ। ਸਰ ਮੈਂ ਕਿਸੇ ਦਾ ਨਾਮ ਨਹੀਂ ਸੀ ਲਿਆ, ਮੈਂ ਹੁਣ ਵੀ ਨਹੀਂ ਲੈ ਸਕਦੀ, ਮੈਂ ਕਿਉਂ ਲਵਾਂ, ਮੈਂ ਕਿਉਂ ਦੁਸ਼ਮਣੀ ਲਵਾਂ ਕਿਸੇ ਦੇ ਨਾਲ, ਕਿਉਂਕਿ ਉਹ ਇੰਨੇ ਵੱਡੇ ਬੰਦੇ ਮੈਂ ਨਾਂ ਨਹੀਂ ਲੈ ਸਕਦੀ ਕਿਸੇ ਦਾ, ਔਰ ਛੋਟਾ ਮੋਟਾ ਬੰਦਾ ਇਹ ਕੰਮ ਕਰ ਨਹੀਂ ਸਕਦਾ, ਤੁਹਾਨੂੰ ਵੀ ਪਤਾ। ਨਹੀਂ ਸਰ ਮੈਂ ਖੁਦ ਜਾ ਕੇ ਲੈਂਦੀ ਹੁੰਦੀ ਸੀ ਔਰ ਮੇਰੇ ਘਰ ਦੇ ਲਾਗੂ ਮਿਲ ਜਾਂਦਾ ਸੀ, ਮੈਂ ਉੱਪਰ ਜਾ ਕੇ ਨਸ਼ਾ ਲੈਣ ਜਾਂਦੀ ਸੀ ਕੋਠੇ 'ਤੇ। ਨਹੀਂ ਨਹੀਂ ਜੀ ਮੈਂ ਆਪ ਗਈ ਸੀ, ਮੈਂ ਆਪਣੀ ਮੰਮੀ ਨੂੰ ਦੱਸ ਕੇ ਗਈ ਸੀ, ਤੁਸੀਂ ਮੇਰੀ ਡਿਟੇਲ ਕਢਵਾ ਸਕਦੇ ਹੋ, ਰਿਕਾਰਡਿੰਗ ਮੇਰੇ ਕਾਲ ਡਿਟੇਲ ਕਢਵਾ ਸਕਦੇ ਹੋ, ਮੈਂ ਆਪਣੇ ਘਰ ਫੋਨ ਕਰਕੇ ਪੁੱਛਦੀ ਰਹੀ ਹਾਂ, ਹਾਲੇ ਵੀ ਮੇਰਾ ਸਾਥ ਦੇ ਦਿਓ, ਇਹਦੇ ਖਿਲਾਫ਼ ਗਵਾਹੀ ਦੇ ਦਿਓ, ਇਹ ਪਾਗਲ ਹੈ, ਇਹਦੇ ਇਹਦੇ ਸਰਟੀਫਿਕੇਟ ਵੀ ਬਣੇ ਹੋਏ ਆ, ਜਦਕਿ ਮੇਰੇ ਘਰ ਦੇ ਸਿਰਫ ਇਸ ਕਰਕੇ ਮੇਰੀ ਮੰਮੀ ਇਹਦਾ ਸਾਥ ਦੇ ਰਹੇ ਕਿ ਇਹਦੇ ਬੱਚੇ ਆ, ਇਹਦਾ ਡਿਵੋਰਸ ਹੋਰ ਚੱਲ ਰਿਹਾ ਹੈ ਔਰ ਇਹਨੇ ਆਪਣੇ ਹਸਬੈਂਡ ਨੇ ਛੱਡ ਦਿੱਤਾ, ਤਾਂ ਹੀ ਛੱਡਿਆ ਸੀ ਕਿਉਂਕਿ ਇਹ ਗਲਤ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼।
ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ। ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।